ਤਾਂ ਜੇਲ੍ਹ ਦੇ ਅੰਦਰ ਹੋਣ ਦੇ ਬਾਵਜੂਦ ਸਾਡੇ ਉੱਤੇ ਜਿਹੜਾ ਨਵਾਂ ਮਟੀਰੀਅਲ ਬੇਸਿਸ ਬਣਾਇਆ ਗਿਆ ਉਹ ਇਹ ਬਣਾਇਆ ਗਿਆ ਕਿ ਬਾਹਰ ਬੈਠੇ ਜਿਹੜੇ ਅੰਮ੍ਰਿਤਪਾਲ ਜੀ ਦੇ ਸਪੋਰਟਰ ਨੇ ਬਾਹਰੋਂ ਪੋਸਟਾਂ ਕਰ ਰਹੇ ਨੇ, ਉਹਨਾਂ ਦੇ ਪੱਖ ਦੇ ਵਿੱਚ ਬਾਹਰੋਂ ਬਹੁਤ ਸਾਰੀਆਂ ਚੀਜ਼ਾਂ ਪੋਸਟ ਕਰ ਰਹੇ ਨੇ ਉਹਨਾਂ ਦੇ ਫੇਵਰ ਦੇ ਅੰਦਰ, ਤਾਂ ਬੇਸਿਕਲੀ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਕਰਨਾ ਕੋਈ ਕ੍ਰਿਮੀਨਲ ਅਫੈਂਸ ਹੀ ਨਹੀਂ ਬਣਦਾ, ਤੇ ਜਦੋਂ ਕੋਈ ਕ੍ਰਿਮੀਨਲ ਅਫੈਂਸ ਨਹੀਂ ਬਣਦਾ ਫਿਰ ਉਹ NSA ਦੀ ਡਿਟੈਂਸ਼ਨ ਆਰਡਰ ਦਾ ਬੇਸਿਸ ਕਿਵੇਂ ਬਣ ਸਕਦਾ? ਹੁਣ ਉਹਨਾਂ ਨੇ ਡਿਟੈਂਸ਼ਨ ਆਰਡਰ ਚੈਲੰਜ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਆਪਦਾ ਕਾਉਂਸਲ ਪੁਆਇੰਟ ਕੀਤਾ ਜਿਹਦੇ 'ਚ ਅਸੀਂ ਇਹ ਪਟੀਸ਼ਨ ਫਾਈਲ ਕੀਤੀ ਹੈ। ਸਾਰੇ ਜਿਹੜੇ ਬਾਕੀ ਨਾਲ ਸਾਥੀ ਨੇ ਉਹਨਾਂ ਦੀ ਪਟੀਸ਼ਨ ਵੀ ਕਲੱਬ ਕਰ ਦਿੱਤੀ ਗਈ। ਹਾਂ, ਅੰਮ੍ਰਿਤਪਾਲ ਹੋਰਾਂ ਦੀ ਪਟੀਸ਼ਨ ਵੀ 28 ਅਗਸਤ ਨੂੰ ਉਹਨਾਂ ਦੇ ਨਾਲ ਜਿਹੜੀ ਕਲੱਬ ਕਰ ਦਿੱਤੀ ਗਈ ਹੈ, ਔਰ ਅਗਲੇ ਮਹੀਨੇ 28 ਨੂੰ ਜਿਹੜਾ ਕਿ ਸਾਰਿਆਂ ਦੀ ਇਕੱਠੀ ਹੈ ਜਿਹੜੀ ਉਹ ਸੁਣਵਾਈ ਹੋਈ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸਰਖਾਵ। ਦੋਸਤੋ, ਅੰਮ੍ਰਿਤਪਾਲ ਦੀ NSA ਨੂੰ ਚੁਣੌਤੀ ਦਿੰਦੀ ਹੋਈ ਪਟੀਸ਼ਨ ਤੇ ਅੱਜ ਸੁਣਵਾਈ ਹੋਈ ਹੈ ਤੇ ਉਸ ਸੁਣਵਾਈ ਤੋਂ ਬਾਅਦ ਜਿਹੜੀ ਅਗਲੀ ਸੁਣਵਾਈ ਦੇ 28 ਤਰੀਕ ਤੇ ਪਾਈ ਗਈ ਹੈ। ਹਾਲਾਂਕਿ ਪੰਜਾਬ ਸਰਕਾਰ, ਕੇਂਦਰ ਸਰਕਾਰ ਨੋਟਿਸ ਕੀਤਾ ਗਿਆ, ਮੇਰੇ ਨਾਲ ਵਕੀਲ ਨੇ ਉਹਨਾਂ ਦੇ ਅਮਰਜੀਤ ਸਿੰਘ ਜੀ। ਅਮਰ ਜੀ, ਕਿੰਨਾ ਕਿੰਨਾ ਨੂੰ ਨੋਟਿਸ ਜਿਹੜਾ ਕਿ ਹੈ ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਹੈ? ਉਹਦੇ ਵਿੱਚ ਹੀ ਯੂਨੀਅਨ ਆਫ ਇੰਡੀਆ, ਆਪਾਂ ਜਿਹਨੂੰ ਸੈਂਟਰ ਸਰਕਾਰ ਕਹਿ ਸਕਦੇ ਹਾਂ, ਉਹਦੇ 'ਚ ਪੰਜਾਬ ਗੌਰਮੈਂਟ ਹੈ ਜਿਨ੍ਹਾਂ ਨੇ ਨਵਾਂ ਡਿਟੈਂਸ਼ਨ ਆਰਡਰ ਹੈ ਜਿਹਨੂੰ ਅਪਰੂਵਲ ਦਿੱਤਾ, ਔਰ ਉਹਦੇ ਚ ਡਿਪਟੀ ਕਮਿਸ਼ਨਰ ਜਿਹੜਾ ਅੰਮ੍ਰਿਤਸਰ ਹੈ ਜਿਨ੍ਹਾਂ ਨੇ ਇਹ ਡਿਟੈਂਸ਼ਨ ਆਰਡਰ ਪਾਸ ਕੀਤਾ ਸੀਗਾ, ਇਹਨਾਂ ਤਿੰਨਾਂ ਨੂੰ ਜਿਹੜਾ ਹੈ ਨੋਟਿਸ ਕੀਤਾ ਗਿਆ, ਔਰ 28 ਅਗਸਤ ਹੈ ਜਿਹੜੀ ਅਗਲੀ ਡੇਟ ਹੈ, ਉਸ ਤੋਂ ਪਹਿਲਾਂ ਨਵੇਂ ਡਿਟੈਂਸ਼ਨ ਆਰਡਰ ਦੇ ਜਿਹੜੇ ਮਟੀਰੀਅਲ ਬੇਸਿਸ ਨੇ ਜਿਹਦੇ ਕਰਕੇ NSA ਉਹਨਾਂ ਨੂੰ ਲੱਗਦਾ ਕਿ ਦੁਬਾਰਾ ਬਣਦਾ ਹੈ, ਉਹ ਸਾਰਾ ਜਿਹੜਾ ਮਟੀਰੀਅਲ ਹੈ ਉਹਦੇ 'ਚ ਇੱਕ ਜ਼ਿਕਰ ਉਹਨਾਂ ਨੇ ਕੀਤਾ ਕਿ ਕੁਛ ਇੰਟੈਲੀਜੈਂਸ ਆਊਟਪੁੱਟ ਨੇ, ਇਨਪੁੱਟਸ ਨੇ ਸਾਡੇ ਕੋਲ, ਉਹ ਅਸੀਂ ਜਿਹੜੀਆਂ ਡਿਸਕਲੋਜ਼ ਨਹੀਂ ਕਰ ਸਕਦੇ, ਤਾਂ ਉਹਦੇ 'ਚ ਕੋਰਟ ਨੇ ਕਿਹਾ ਉਹ ਵੀ ਤੁਸੀਂ ਅਗਲੀ ਤਰੀਕ ਤੋਂ ਪਹਿਲਾਂ ਕੋਰਟ ਦੇ ਸਾਹਮਣੇ ਜਿਹੜਾ ਉਹ ਪੇਸ਼ ਕਰੋ। ਹਾਲਾਂਕਿ ਜਿਸ ਤਰੀਕੇ ਨਾਲ ਐਕਸਟੈਂਸ਼ਨ ਦਿੱਤੀ ਗਈ ਉਹਦੇ ਵੀ ਕੁਝ ਗਰਾਊਂਡਸ ਬਣਾਏ ਗਏ, ਕਿਉਂਕਿ ਜਿਸ ਤਰੀਕੇ ਦੇ ਨਾਲ ਕੇਸਿਸ ਨੇ, ਕੀ ਉਹ ਚੀਜ਼ਾਂ ਨੂੰ ਕਿਵੇਂ ਚੈਲੰਜ ਕੀਤਾ ਜਾ ਰਿਹਾ? ਦੇਖੋ, ਜਦੋਂ ਪਹਿਲਾ ਜਿਹੜਾ ਡਿਟੈਂਸ਼ਨ ਆਰਡਰ ਹੈ, ਪਹਿਲਾ ਡਿਟੈਂਸ਼ਨ ਆਰਡਰ ਦੇ ਅੰਦਰ ਇਹ ਹੈ ਕਿ ਜਿਹਦੇ ਵਿੱਚ ਕੁਝ ਚੀਜ਼ਾਂ ਤੁਸੀਂ ਕਹਿ ਸਕਦੇ ਹੋ ਕਿ ਲੱਗਦੀਆਂ ਨੇ, ਜਿਹਦੇ 'ਚ ਹੋਰ ਕੁਛ FIR-ਾਂ ਦਾ ਜ਼ਿਕਰ ਹੈ, ਜਿਵੇਂ ਉਹ ਇੱਕ ਥਾਣਾ ਘੇਰਨ ਦਾ ਜ਼ਿਕਰ ਹੈ, ਹੋਰ ਇਹ ਸਾਰੀਆਂ ਚੀਜ਼ਾਂ ਹੈਗੀਆਂ, ਪਰ ਉਹਦੇ ਨਾਲ ਵੀ ਚਲੋ NSA ਤਾਂ ਨਹੀਂ ਬਣਦਾ, ਉਹਦੇ 'ਤੇ ਜੋ ਕ੍ਰਿਮੀਨਲ ਐਕਟ ਬਣਦਾ, ਜੋ IPC ਦੀਆਂ ਧਾਰਾਵਾਂ ਸੀਗੀਆਂ ਉਹ ਲੱਗੀਆਂ, ਫਿਰ NSA ਦਾ ਕੋਈ ਮਤਲਬ ਨਹੀਂ ਬਣਿਆ। ਤਾਂ ਉਹਦੇ ਤੋਂ ਬਾਅਦ ਜਦੋਂ ਹੁਣ ਅਸੀਂ ਜੇਲ੍ਹ ਦੇ ਅੰਦਰ ਹੈ, ਤਾਂ ਜੇਲ੍ਹ ਦੇ ਅੰਦਰ ਹੋਣ ਦੇ ਬਾਵਜੂਦ ਸਾਡੇ ਉੱਤੇ ਜਿਹੜਾ ਨਵਾਂ ਮਟੀਰੀਅਲ ਬੇਸਿਸ ਬਣਾਇਆ ਗਿਆ ਉਹ ਇਹ ਬਣਾਇਆ ਗਿਆ ਕਿ ਬਾਹਰ ਬੈਠੇ ਜਿਹੜੇ ਅੰਮ੍ਰਿਤਪਾਲ ਜੀ ਦੇ ਸਪੋਰਟਰ ਨੇ, ਉਹ ਸਪੋਰਟਰ ਨੇ ਜਿਹੜੇ ਉਹ ਕਰ ਰਹੇ ਨੇ, ਬਾਹਰੋਂ ਪੋਸਟਾਂ ਕਰ ਰਹੇ ਨੇ ਉਹਨਾਂ ਦੇ ਪੱਖ ਦੇ ਵਿੱਚ, ਬਾਹਰੋਂ ਬਹੁਤ ਸਾਰੀਆਂ ਚੀਜ਼ਾਂ ਪੋਸਟ ਕਰ ਰਹੇ ਨੇ ਉਹਨਾਂ ਦੇ ਫੇਵਰ ਦੇ ਅੰਦਰ। ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕਰ ਰਹੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਅੰਮ੍ਰਿਤਪਾਲ ਦੀ ਸਪੋਰਟ ਹੈ, ਅੰਮ੍ਰਿਤਪਾਲ ਦੀ ਰਿਹਾਈ ਲਈ ਜਿਹੜੀ ਗੱਲ ਹੋ ਰਹੀ ਹੈ, ਉਹਦੇ ਲਈ ਜਿਹੜੇ ਧਰਨੇ ਲਗਾਏ ਜਾ ਰਹੇ ਨੇ, ਉਹ ਵੱਖ ਵੱਖ ਥਾਵਾਂ ਤੇ ਲੱਗੇ ਹੋਏ ਧਰਨਿਆਂ ਦਾ ਜ਼ਿਕਰ ਹੈ, ਵੱਖ ਵੱਖ ਥਾਵਾਂ ਤੇ ਜੋ ਕੱਟ ਕੀਤੇ ਗਏ ਉਹਨਾਂ ਦਾ ਜ਼ਿਕਰ ਹੈ। ਤਾਂ ਬੇਸਿਕਲੀ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਕਰਨਾ ਕੋਈ ਕ੍ਰਿਮੀਨਲ ਅਫੈਂਸ ਹੀ ਨਹੀਂ ਬਣਦਾ, ਤੇ ਜਦੋਂ ਕੋਈ ਕ੍ਰਿਮੀਨਲ ਅਫੈਂਸ ਨਹੀਂ ਬਣਦਾ ਫਿਰ ਉਹ NSA ਦੀ ਡਿਟੈਂਸ਼ਨ ਆਰਡਰ ਦਾ ਬੇਸਿਸ ਕਿਵੇਂ ਬਣ ਸਕਦਾ? ਤਾਂ ਇਸ ਕਰਕੇ ਟੋਟਲੀ ਇਲੀਗਲ, ਉਹ ਕਹਿ ਲਓ ਕਿ ਬਹੁਤ ਮੋਟੀਵੇਟਡ ਹੈ ਕਿ ਕਿਸੇ ਬੰਦੇ ਨੂੰ ਅੰਦਰ ਰੱਖਣ ਲਈ ਉਹ ਕੀਤਾ ਜਾ ਰਿਹਾ। ਹਾਲਾਂਕਿ ਪਹਿਲਾਂ ਵਾਲੀ ਜਿਹੜੀ NSA ਸੀ ਉਸ ਨੂੰ ਇਸ ਤਰੀਕੇ ਨਾਲ ਚੈਲੰਜ ਕੀਤਾ ਜਾਂਦਾ, ਹੁਣ ਜਦੋਂ MP ਬਣ ਗਏ, ਜਿੱਤ ਗਏ, ਹੁਣ ਚੈਲੰਜ ਕੀਤਾ ਜਾ ਰਿਹਾ ਹੈ, ਦੋਵਾਂ ਦੇ ਵਿੱਚ ਗਰਾਊਂਡ ਦਾ ਕੋਈ ਫਰਕ ਹੈ? ਨਹੀਂ, ਦੇਖੋ, ਪਹਿਲਾਂ ਵਾਲੀ ਨੂੰ ਅੰਮ੍ਰਿਤਪਾਲ ਹੋਰਾਂ ਨੇ ਨਹੀਂ ਚੈਲੰਜ ਕੀਤਾ, ਉਹਨਾਂ ਦੇ ਬਾਕੀ ਦੋਸਤਾਂ ਨੇ ਕੀਤਾ। ਉਹਨਾਂ ਨੇ ਕਿਉਂ ਨਹੀਂ ਕੀਤਾ? ਉਹਨਾਂ ਦਾ ਇੰਡੀਵਿਜੁਅਲ ਲਿਬਰਟੀ ਹੈ, ਉਹਨਾਂ ਦਾ ਇੰਡੀਵਿਜੁਅਲ ਰਾਈਟ ਸੀਗਾ, ਉਹਦੇ ਬਾਰੇ ਕੋਈ ਕਮੈਂਟ ਕਰਨਾ ਔਖਾ ਹੈ। ਜਦੋਂ ਕਿ ਹੁਣ ਉਹਨਾਂ ਨੇ ਡਿਟੈਂਸ਼ਨ ਆਰਡਰ ਚੈਲੰਜ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਆਪਦਾ ਕਾਉਂਸਲ ਪੁਆਇੰਟ ਕੀਤਾ ਜਿਹਦੇ 'ਚ ਅਸੀਂ ਇਹ ਪਟੀਸ਼ਨ ਫਾਈਲ ਕੀਤੀ ਹੈ, ਉਹਦੇ 'ਚ ਜੋ ਲੀਗਲ ਗਰਾਊਂਡ ਬਣਦੇ ਉਹਨੂੰ ਚੈਲੰਜ ਕਰਨ ਦੇ ਲਈ ਉਹ ਅਸੀਂ ਸਾਰੇ ਪਟੀਸ਼ਨ 'ਚ ਲਿਖੇ ਹੈ, ਇਸ ਕਰਕੇ ਉਹਦੇ 'ਤੇ ਸੁਣਵਾਈ ਹੈ ਜਿਹੜੀ ਅਗਲੇ। ਸਾਰੇ ਜਿਹੜੇ ਬਾਕੀ ਨਾਲ ਸਾਥੀ ਨੇ ਉਹਨਾਂ ਦੀ ਪਟੀਸ਼ਨ ਵੀ ਕਲੱਬ ਕਰ ਦਿੱਤੀ ਗਈ? ਹਾਂ, ਬਿਲਕੁਲ ਜੀ, ਉਹ ਜਿਨ੍ਹਾਂ ਨੇ ਪਿਛਲਾ ਡਿਟੈਂਸ਼ਨ ਆਰਡਰ ਚੈਲੰਜ ਕੀਤਾ ਸੀਗਾ, ਉਹ ਆਲਰੇਡੀ 6-7 ਪਟੀਸ਼ਨਾਂ ਨੇ ਜਿਹੜੀਆਂ ਉਹ ਪੈਂਡਿੰਗ ਪਈਆਂ ਸੀ,
ਤਾਂ ਉਹ ਅੰਮ੍ਰਿਤਪਾਲ ਹੋਰਾਂ ਦੀ ਪਟੀਸ਼ਨ ਵੀ 28 ਅਗਸਤ ਨੂੰ ਉਹਨਾਂ ਦੇ ਨਾਲ ਜਿਹੜੀ ਕਲੱਬ ਕਰ ਦਿੱਤੀ ਗਈ ਹੈ ਔਰ ਅਗਲੇ ਮਹੀਨੇ 28 ਨੂੰ ਜਿਹੜਾ ਕਿ ਸਾਰਿਆਂ ਦੀ ਇਕੱਠੀ ਹੈ ਜਿਹੜੀ ਉਹ ਸੁਣਵਾਈ ਹੋਏਗੀ।